ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਸੋ ਜਿਹੜੀ ਹੁਣ ਪ੍ਰੋਬਲਮ ਮੇਨ ਆ ਰਹੀ ਆ, ਪਨੀਰੀਆਂ 10-15 ਦਿਨ ਦੀਆਂ ਹੋ ਗਈਆਂ ਤਕਰੀਬਨ ਐਵਰੇਜ, ਅਤੇ ਪੀਲਾਪਣ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਸੋ ਉਹਦਾ ਕਾਰਨ ਅਤੇ ਇਲਾਜ ਕੀ ਹੈ, ਇਸ ਵੀਡੀਓ 'ਚ ਡਿਸਕਸ ਕਰਾਂਗੇ। ਬੇਨਤੀ, ਸਾਰੀ ਵੀਡੀਓ ਸੁਣ ਲਿਓ ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਕਿ ਜਿਹੜੇ ਹੋਰ ਕਿਸਾਨ ਵੀਰਾਂ ਤੱਕ ਪਹੁੰਚ ਜਾਵੇ ਅਤੇ ਮੈਨੂੰ ਵੀ ਜਿਹੜਾ ਫੀਡਬੈਕ ਤੁਹਾਡਾ ਮਿਲਦਾ ਰਹੇ। ਸਭ ਤੋਂ ਪਹਿਲਾਂ ਜਿਹੜੇ ਨਵੇਂ ਕਿਸਾਨ ਵੀਰ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਬਟਨ ਦਬਾ ਲਓ, ਤਾਂ ਕਿ ਜਿਹੜੀ ਨਵੀਂ ਨਵੀਂ ਵੀਡੀਓ, ਨਵੀਂ ਨਵੀਂ ਜਾਣਕਾਰੀ, ਅਪਡੇਟਡ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਜਿਹੜਾ ਅਸਲੀ ਕਾਰਨ, ਜਿਹੜਾ ਕੋਈ ਸਮੱਸਿਆ ਹੁੰਦੀ ਹੈ ਉਹਦਾ ਕਾਰਨ ਅਤੇ ਇਲਾਜ ਤੁਹਾਨੂੰ ਤੁਹਾਡੇ ਫੋਨ ਦੇ ਵਿੱਚ ਸਭ ਤੋਂ ਪਹਿਲਾਂ ਮਿਲ ਜਾਵੇ। ਸੋ ਜਿਹੜੀਆਂ ਪਨੀਰੀਆਂ ਕਿਸਾਨ ਵੀਰੋ, ਜ਼ਿਆਦਾਤਰ ਹੁਣ ਪੀਲੀਆਂ ਪੈ ਰਹੀਆਂ, 2-3 ਕਾਰਨ ਹੈ, ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਵਿਚਾਰ ਲਿਓ ਕਿ ਤੁਹਾਡੇ ਕਿਹੜਾ ਕਾਰਨ ਨੂੰ ਫਿੱਟ ਬਹਿੰਦਾ ਹੈਗਾ ਅਤੇ ਉਹਦਾ ਇਲਾਜ ਕੀ ਹੈ। ਸਭ ਤੋਂ ਪਹਿਲਾ ਕਾਰਨ ਤਾਂ ਹੈ ਕਿਸਾਨ ਵੀਰੋ, ਇਹ ਆਪਣੀ ਅਣਗਹਿਲੀ ਕਈ ਵਾਰੀ ਹੋ ਜਾਂਦੀ ਹੈ ਕਿ ਜਾਂ ਮਜਬੂਰੀ ਕਹਿ ਲਓ ਕਿ ਸ਼ਾਮ ਵੇਲੇ ਲਾਈਟ ਨਹੀਂ ਆਉਂਦੀ, ਆਪਾਂ ਦੁਪਹਿਰ ਵੇਲੇ ਪਾਣੀ ਛੱਡ ਦਿੰਦੇ ਹਾਂ। ਹੁਣ ਵੀ ਮੈਂ ਦੇਖਿਆ ਕਈ ਕਿਸਾਨ ਵੀਰ ਜਿਹੜੇ ਹੈਗੇ ਪਨੀਰੀਆਂ ਦੇ ਵਿੱਚ ਹੁਣ ਪਾਣੀ ਲਾ ਰਹੇ ਆ, ਅਤੇ 2-2.5 ਵਜੇ ਜਦੋਂ ਆਪਾਂ ਪਾਣੀ ਲਾਵਾਂਗੇ, ਪਾਣੀ ਗਰਮ ਹੋ ਜਾਂਦਾ ਪਨੀਰੀ ਦੇ ਵਿੱਚ ਖੜ੍ਹਾ, ਅਤੇ ਉਹਦੇ ਨਾਲ ਜਿਹੜਾ ਹੈਗਾ ਬੂਟਿਆਂ ਨੂੰ ਹੀਟ ਸ਼ੌਕ ਲੱਗਦਾ, ਉਹਦੇ ਨਾਲ ਪੀਲਾਪਣ ਹੋਣਾ ਅਤੇ ਵਾਧਾ ਰੁਕਣਾ ਸੁਭਾਵਿਕ ਹੈ। ਸੋ ਜਿਹੜਾ ਕੋਸ਼ਿਸ਼ ਕਰੋ ਕਿ ਦਿਨ ਵੇਲੇ ਪਨੀਰੀ ਦੇ ਵਿੱਚ ਪਾਣੀ ਖੜ੍ਹਾ ਨਾ ਹੋਵੇ। ਨੰਬਰ 2 'ਤੇ ਜਿਹੜਾ ਪੀਲਾਪਣ ਆਉਣਾ, ਲੋਹਾ ਤੱਤ ਦੀ ਘਾਟ। ਪਾਣੀ ਆਪਾਂ ਡੇਲੀ ਦਿੰਦੇ ਹਾਂ ਕਿਉਂਕਿ ਜਿੱਥੇ ਪਾਣੀ ਲੱਗਦਾ ਜਿਹੜੀਆਂ ਫਸਲ ਦੇ ਵਿੱਚ, ਮੇਨ ਜਿਹੜਾ ਝੋਨੇ ਦੇ ਵਿੱਚ ਮੁੱਖ ਤੌਰ 'ਤੇ ਜਦੋਂ ਆਪਾਂ ਭਰਵੇਂ ਪਾਣੀ ਲਾਉਂਦੇ ਹਾਂ ਤਾਂ ਲੋਹੇ ਤੱਤ ਦੀ ਘਾਟ ਨਹੀਂ ਆਉਣੀ ਚਾਹੀਦੀ। ਉਹਦਾ ਕਾਰਨ ਕੀ ਬਣਿਆ, ਜ਼ਿਆਦਾਤਰ ਕਿਸਾਨ ਵੀਰਾਂ ਨੇ ਜਿਹੜੀ DAP ਪਾਈ ਹੈ ਪਨੀਰੀ ਦੇ ਵਿੱਚ ਥੱਲੇ, ਜਦੋਂ ਕਿ ਆਪਾਂ ਨੂੰ ਸਿੰਗਲ ਸੁਪਰ ਫੋਸਫੇਟ ਪਾਉਣੀ ਚਾਹੀਦੀ, ਜਿਹਦੇ ਨਾਲ ਆਪਾਂ ਨੂੰ ਕੈਲਸ਼ੀਅਮ ਅਤੇ ਸਲਫਰ ਤੱਤ ਵੀ ਮਿਲਦਾ ਅਤੇ ਫਾਸਫੋਰਸ ਦੀ ਮਾਤਰਾ ਉਹਦੇ ਵਿੱਚ ਘੱਟ ਹੁੰਦੀ ਹੈ। ਜਿੰਨੀ ਫਾਸਫੋਰਸ ਆਪਾਂ ਜ਼ਿਆਦਾ ਪਾਵਾਂਗੇ ਲੋੜ ਤੋਂ ਵੱਧ, ਉਹ ਜਿਹੜੀ ਫਾਸਫੋਰਸ ਹੈ ਉਹ ਆਇਰਨ ਅਤੇ ਜਿੰਕ, ਲੋਹਾ ਤੱਤ ਅਤੇ ਜਿੰਕ ਤੱਤ ਦੀ ਘਾਟ ਦਾ ਕਾਰਨ ਬਣਦੀ ਹੈ। ਸੋ ਹੁਣ ਆਪਾਂ ਜਿਹੜੇ ਕਿਸਾਨ ਵੀਰਾਂ ਨੇ DAP ਪਾਈ ਹੈ, ਠੀਕ ਹੈ, ਉਹਦੇ ਨਾਲ ਵਾਧਾ ਆਪਣਾ ਠੀਕ ਹੁੰਦਾ, ਨਾਈਟ੍ਰੋਜਨ ਅਤੇ ਫਾਸਫੋਰਸ ਮਿਲਦੀ, ਪਰ ਜ਼ਿਆਦਾ ਫਾਸਫੋਰਸ ਦੇ ਨਾਲ ਲੋਹਾ ਤੱਤ ਅਤੇ ਜਿੰਕ ਤੱਤ ਆ ਜਿਹੜੇ ਬੂਟੇ ਲੈ ਨਹੀਂ ਪਾਉਂਦੇ। ਇੱਕ ਜਿਹੜੇ ਪਨੀਰੀ ਦੇ ਵਿੱਚ ਬੂਟੇ ਛੋਟੇ ਹੁੰਦੇ ਹੈਗੇ ਆ, ਉਹਨਾਂ ਦੀ ਗਰੋਥ ਹੈ, ਜੜ੍ਹਾਂ ਦੀ ਗਰੋਥ ਵੀ ਥੋੜ੍ਹੀ ਹੁੰਦੀ ਹੈ, ਸੋ ਉਹਦੇ ਨਾਲ ਉਹਨਾਂ ਨੂੰ ਜਿਹੜਾ ਲੋਹਾ ਤੱਤ ਨਹੀਂ ਪੂਰਾ ਮਿਲ ਪਾਉਂਦਾ। ਸੋ ਕਿਸਾਨ ਵੀਰ ਜਿਹੜਾ 0.5 ਤੋਂ 1%, ਵੈਸੇ ਪਨੀਰ ਦੇ ਵਿੱਚ 0.5% ਜਿੰਕ ਸਲਫੇਟ ਦੀ, ਸੋਰੀ, ਲੋਹਾ ਤੱਤ ਦੀ ਫੈਰ ਸਲਫੇਟ ਦੀ ਤੁਸੀਂ ਸਪਰੇਅ ਕਰੋ, 0.5 ਕਿਲੋ ਫੈਰ ਸਲਫੇਟ ਲੋਹਾ ਤੱਤ 100 ਲੀਟਰ ਪਾਣੀ 'ਚ। ਸਿੱਧਾ ਤੁਹਾਨੂੰ ਮੋਟਾ ਜਿਹਾ ਹਿਸਾਬ ਦੱਸ ਦਿੰਦਾ, ਜਿਹੜੀ 20 ਲੀਟਰ ਦੀ ਟੈਂਕੀ ਉਹ 'ਚ 100 ਗ੍ਰਾਮ ਪਾ ਲਓ ਲੋਹਾ ਤੱਤ, ਚਲੇਟਣ ਨਹੀਂ ਵਰਤਣਾ, ਜਿਹੜਾ ਆਮ ਬਾਜ਼ਾਰ ਦੇ ਵਿੱਚ ਲੋਹਾ ਤੱਤ ਮਿਲਦਾ ਉਹ ਵਰਤਣਾ ਹੈਗਾ, ਉਹ ਆਪਾਂ 100 ਗ੍ਰਾਮ 20 ਲੀਟਰ ਵਾਲੀ ਡਰੰਮੀ 'ਚ ਪਾ ਕੇ ਅਤੇ ਜਿੰਨਾ ਆਪਣਾ ਪਾਣੀ ਲੱਗਦਾ ਉਹ ਹਿਸਾਬ ਨਾਲ ਸਪਰੇਅ ਕਰੋ, ਅਤੇ ਹਫ਼ਤੇ ਹਫ਼ਤੇ ਦੇ ਗੈਪ 'ਤੇ ਸਪਰੇਆਂ ਦਿੰਦੇ ਰਹੋ ਜਦੋਂ ਤੱਕ ਆਪਾਂ ਪਨੀਰੀ ਨਹੀਂ ਪੜਦੇ, ਉਹਦੇ ਨਾਲ ਜਿਹੜੀ ਲੋਹਾ ਤੱਤ ਦੀ ਘਾਟ ਨਹੀਂ ਆਊਗੀ। ਜਿਹੜਾ ਜ਼ਿਆਦਾ ਪੀਲਾਪਣ ਜਿਹੜਾ ਦੌਗੀਆਂ ਦੇ ਵਿੱਚ ਆਉਣਾ, ਲੋਹਾ ਤੱਤ ਦੀ ਘਾਟ ਦੀ ਨਿਸ਼ਾਨੀ ਹੈਗੀ ਹੈ। ਦੂਜੇ ਨੰਬਰ 'ਤੇ ਜਿਹੜੇ ਕਿਸਾਨ ਵੀਰਾਂ ਨੇ ਯੂਰੀਆ ਦੀ ਡੋਜ ਪਹਿਲਾਂ ਪਾਤੀ ਸੀ ਥੱਲੇ, ਉਹ ਹੁਣ ਦੂਜੀ ਡੋਜ ਪਾਉਣ, 2.5 ਤੋਂ 3 ਕਿਲੋ ਪ੍ਰਤੀ ਇੱਕ ਕਨਾਲ ਦੇ ਹਿਸਾਬ ਨਾਲ, 3 ਕਿਲੋ ਕਨਾਲ ਦੀ ਯੂਰੀਆ ਹੁਣ ਦੂਜੀ ਡੋਜ ਪਾਉਣ ਦਾ ਟਾਈਮ ਹੈ। ਜਿਹੜੇ ਕਿਸਾਨ ਵੀਰਾਂ ਨੇ ਬਿਲਕੁਲ ਵੀ ਯੂਰੀਆ ਨਹੀਂ ਪਾਈ, ਉਹ ਵੀ ਹੁਣ ਜਿਹੜੀ ਯੂਰੀਆ ਦੀ ਡੋਜ ਦੇਣ, 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ। ਜਿਹੜੇ ਕਿਸਾਨ ਵੀਰਾਂ ਨੇ ਜਿੰਕ ਸਲਫੇਟ ਨਹੀਂ ਪਾਈਗੀ, ਜਿੰਕ ਸਲਫੇਟ 21%, 4-5 ਕਿਲੋ ਪ੍ਰਤੀ ਕਨਾਲ ਦਿਓ ਕਿਸਾਨ ਵੀਰੋ, ਇਹ ਬਹੁਤ ਜ਼ਰੂਰੀ ਆ। ਜੇ ਤੁਸੀਂ ਪਨੀਰੀ ਨੂੰ ਜਿਹੜੀ ਜਿੰਕ ਸਲਫੇਟ ਦਿਓਗੇ ਤਾਂ ਜਿਹੜੀ ਅੱਗੇ ਤੁਸੀਂ ਪੱਟ ਕੇ ਪਨੀਰੀ ਜਦੋਂ ਤੁਸੀਂ ਲਾਓਗੇ ਤਾਂ ਖੇਤ ਦੇ ਵਿੱਚ ਹੈ ਜਿਹੜੀ ਬੂਟਿਆਂ ਦੇ ਵਿੱਚ ਜਿੰਕ ਦੀ ਘਾਟ ਮੁੱਢਲੇ ਵਾਧੇ ਦੌਰਾਨ ਬਹੁਤ ਘੱਟ ਦੇਖਣ ਨੂੰ ਮਿਲੂਗੀ, ਅਤੇ ਜਿਹੜੇ ਪਨੀਰੀ ਆਪਣੀ ਪੱਟ ਕੇ ਲਾਵਾਂਗੇ ਉਹ ਸਹੀ ਤਰ੍ਹਾਂ ਜਿਹੜੀ ਫਸਲ ਆਪਣੀ ਚੱਲ ਪੂਗੀ।
ਇਹ ਦੋ ਤਿੰਨ ਪੁਆਇੰਟ ਤੁਸੀਂ ਖਿਆਲ 'ਚ ਰੱਖਣੇ ਹੈ। ਯੂਰੀਆ ਦੀ ਡੋਜ਼ ਪਾਓ 2.5-3 ਕਿਲੋ ਪ੍ਰਤੀ ਕਨਾਲ, ਲੋਹਾ ਤੱਤ ਦੀ ਸਪਰੇਅ ਕਰੋ 0.5%, 0.5 ਕਿਲੋ ਫੈਰੋਸਲਫੇਟ 100 ਲੀਟਰ ਪਾਣੀ 'ਚ, ਜਿਹੜੀ ਤੁਸੀਂ 20 ਲੀਟਰ ਵਾਲੀ ਡਰੰਮੀ ਉਹ 'ਚ 100 ਗ੍ਰਾਮ ਤੁਸੀਂ ਫੈਰੋਸਲਫੇਟ ਪਾਓ। ਅਤੇ ਜਿੱਥੇ ਕਿਸਾਨ ਵੀਰਾਂ ਨੇ ਜਿੰਕ ਸਲਫੇਟ ਨਹੀਂ ਪਾਈ ਉਹ ਜਿੰਕ ਸਲਫੇਟ ਜ਼ਰੂਰ ਪਾਓ, ਕਿਉਂਕਿ ਆਪਣੇ ਆਮ ਖੇਤਾਂ ਦੇ ਵਿੱਚ ਘਾਟ ਆਉਂਦੀ ਆ, ਜਦੋਂ ਤੁਸੀਂ ਪਨੀਰੀ ਪੱਟ ਕੇ ਲਾਓਗੇ ਉਦੋਂ ਜਿੰਕ ਸਲਫੇਟ ਦੀ ਘਾਟ ਤੁਹਾਨੂੰ ਲਾਜ਼ਮੀ ਆਊਗੀ। 4-5 ਕਿਲੋ ਜਿੰਕ ਸਲਫੇਟ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਸੀਂ ਮਿੱਟੀ 'ਚ ਰਲਾ ਕੇ ਉਹਦਾ ਛਿੱਟਾ ਸ਼ਾਮ ਨੂੰ ਦੇਣਾ। ਸਪਰੇਅ ਵੀ ਲੋਹਾ ਤੱਤ ਦੀ ਸ਼ਾਮ ਨੂੰ ਕਰਨੀ ਹੈ, ਜਿਹੜੀ ਵੀ ਖਾਦ ਪਾਉਣੀ ਸ਼ਾਮ ਨੂੰ ਆਪਾਂ ਪਾਉਣੀ ਹੈ, ਸਪਰੇਅ ਵੀ ਸ਼ਾਮ ਨੂੰ ਕਰਨੀ ਹੈ, ਅਤੇ ਪਾਣੀ ਵੀ ਕੋਸ਼ਿਸ਼ ਕਰੋ ਸ਼ਾਮ ਨੂੰ ਲਾਓ। ਹੋਰ ਕੋਈ ਤੁਹਾਡਾ ਸਵਾਲ ਹੋਵੇ ਤਾਂ ਥੱਲੇ ਕਮੈਂਟ 'ਚ